तो सारे वीरां नूं प्यार भरी सत श्री अकाल। मैं थोड़ा अपना सुखी शेर गिल पिंड हरीगढ़ जिला संगरूर बरनाला। सो दोस्तों, सब तो पहला तो अज नवे साल दियां माघी दियां बधाइयां सारे मेरे फेसबुक वाले मित्रों नूं ते यूट्यूब वाले मित्रों नूं जिन्ना भी अपने नाल परिवार जुड़िया हैगा। सो मित्रों, अज मुक्तसर माघी वाले मेले के उपर मैं खड़ांगा बराड़ एंड संघा स्टड फार्म के उपर, जिथे बाई हुरे ने गए मेरे नाल, बाई गोरा संघा ते बाई गांधी बराड़ जी, बाई गांधी बराड़ ते बाई हुरे कोले मेरा रुकन दा कारण की बनिया भी इन्हां कोले ना छोटे बछेरे बछेरियां ने गे, तो मेरा इंट्रस्ट बनया महा भी यार बड़े दियां भी आपां वीडियो पा आने हुंदे आ, है ना भी आह बड़े जानवर बकाऊ आ गए, तो महा भी छोटिया बारे भी आपां जानकारी लईए। तो आ जाओ आपां बाई हुरां नाल गल्लबात करदे आ, इस बाद मैक मैं करदा दोनों बाई हुरां दे हवाले। सो बई हसीगर पहला ਸਤਿ ਸ਼੍ਰੀ ਅਕਾਲ ਤੁਹਾਡੀ ਵੀਡੀਓ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਘਰੇ ਆਏ ਆ ਮਿਹਰਬਾਨੀ। ਤੇ ਬਾਈ ਗੁਰੇ ਪਹਿਲਾਂ ਤਾਂ ਨਾ ਸਾਨੂੰ ਜਾਨਵਰਾਂ ਬਾਰੇ ਜਾਣਕਾਰੀ ਦਿਓ ਨਾ ਜੀ, ਥੋੜਾ ਦੂਰ ਹੋ ਕੇ ਕਰ ਲਾ ਤੇ ਇਧਰਲੇ ਪਾਸੇ ਬਾਹਰੋਂ ਦਿਖਾਉਣੇ ਆਪਾਂ। ਬਾਈ ਜੀ ਇਹ ਵਿਸ਼ੇਰੀ ਹੈਗੀ 3.5 ਮਹੀਨਿਆਂ ਦੀ ਆ ਵਿਸ਼ੇਰੀ? ਹਾਂਜੀ ਹਾਂਜੀ ਠੀਕ ਹੈ। ਅੱਛਾ ਇਹ ਵਿਸ਼ੇਰੀ ਤਾਂ ਆ ਗਈ ਬਾਈ 3.5 ਮਹੀਨਿਆਂ ਦੀ ਹੈ ਤੇ ਖਲੀ ਦੀ ਬੱਚੀ ਹੈ ਜੀ ਇਹ, ਮੈਂ ਰਾਜੂ ਡੋਡਾ ਵਾਲੇ ਖਾਨਦਾਨ ਦੀ। ਠੀਕ ਹੈ ਬਾਈ। ਹਾਂਜੀ ਸਪੋਟਲੈਸ ਬੱਚੀ ਹੈ ਜੀ ਬਿਲਕੁਲ। ਠੀਕ ਹੈ ਬਾਈ। ਤੇ ਇਹ ਹੈਗੀ ਆ ਜੀ ਅਲਵੰਦ ਦੀ, ਅਲਵੰਦ ਮਿੰਟੂ ਵਾਲੇ ਖਾਨਦਾਨ ਦਾ ਘੋੜਾ ਜੀ, ਮਲੂਕੇ ਪਿੰਡ ਆ ਬਾਈ ਵਿੰਦਰ ਕੋਲੇ ਜੀ। ਠੀਕ ਹੈ ਬਾਈ। ਹਾਂ ਉਹਦੀ ਬੱਚੀ ਆ ਜੀ। ਠੀਕ ਹੈ। ਇਹਦੀ ਉਮਰ ਤਕਰੀਬਨ 3.5 ਮਹੀਨੇ ਜੀ। 3.5 ਮਹੀਨੇ ਠੀਕ ਹੈ। ਪ੍ਰਾਈਜ਼ ਇਹਦਾ ਆਪਾਂ ਰੱਖਿਆ ਜੀ 1,70,000 ਰੁਪਇਆ ਜੀ। 1,70,000 ਰੁਪਇਆ। ਹਾਂਜੀ ਠੀਕ ਹੈ ਬਾਈ। ਤੇ ਇਹਦਾ ਦੱਸਤਾ ਜਾਂ ਰਹਿੰਦਾ? ਇਹਦਾ ਦੱਸਤਾ ਜੀ। ਠੀਕ ਹੈ ਬਾਈ। ਆਹ ਬੱਚੀ ਹੈਗੀ ਜੀ ਸਮੁੰਦਰ ਦੀ। ਅੱਛਾ ਸਮੁੰਦਰ ਦੀ। ਹਾਂਜੀ ਠੀਕ ਹੈ। ਬੱਚੀ ਜੀ ਬਹੁਤ ਜ਼ਿਆਦਾ ਚੰਗੀ ਆ ਜੀ, ਹਾਈਟ ਕਰਨ ਵਾਲੀ ਬੱਚੀ ਆ, ਬਾਕੀ ਸਪੋਟਲੈਸ ਆ ਜੀ। ਠੀਕ ਹੈ। ਬਾਕੀ ਖਾਨਦਾਨ ਬਹੁਤ ਚੰਗਾ ਜੀ, ਮਾਂ ਵਾਲੇ ਪਾਸੋਂ ਵੀ ਬਹੁਤ ਚੰਗੀ ਆ ਜੀ। ਮਾਂ ਦੀ ਭਾਣ ਨੈਲ ਦੀ ਸੀ ਡਾਇਰੈਕਟ ਜੀ। ਠੀਕ ਹੈ ਜੀ। ਹਾਂ ਉਹ ਘੋੜੇ ਦੀ ਧੀ ਸੀ। ਠੀਕ ਹੈ ਬਾਈ। ਤੇ ਉਧਰ ਬਾਈ ਜਿਹੜਾ ਆਪਣਾ ਉਹ ਬਛੇਰਾ ਹੈ? ਨਹੀਂ ਉਹ ਬਛੇਰੀ ਆ ਜੀ। ਠੀਕ ਉਹ ਬਛੇਰੀ ਹੈ। ਉਹ 1 ਸਾਲ ਦੀ ਹੋ ਗਈ ਜੀ। ਠੀਕ ਹੈ ਜੀ। ਉਹ ਜੈਵੀਰ ਘੋੜਾ ਜੀ ਇੱਧਰ ਤਰਨ ਤਰਨ ਕੋਲ ਚਲਾ ਗਿਆ। ਠੀਕ ਹੈ। ਉਹਦੀ ਬੱਚੀ ਆ ਜੀ। ਉਹਦੀ ਬੱਚੀ ਆ ਜੀ। ਠੀਕ ਹੈ। ਤੇ ਬਾਈ ਜਿਵੇਂ ਆਪਾਂ ਦੇਖਿਆ ਹੈ ਨਾ ਜਾਨਵਰ ਤੁਹਾਡੇ ਕੋਲੇ ਵੱਧ ਸਾਰੇ ਨੁਕਰ ਹੀ ਆ, ਹੈ ਨਾ? ਹਾਂਜੀ ਕੁੱਲ ਮਿਲਾ ਕੇ। ਹਾਂਜੀ ਜਿਵੇਂ ਵੀ ਆਪਾਂ ਨੂੰ ਨੌਕਰੀਆਂ 'ਚ ਵੱਧ ਇੰਟਰਸਟ ਆ ਜਾਂ ਕਿਵੇਂ? ਮੈਂ ਗਾਂਧੀ ਬਾਈ ਨੂੰ ਵੀ ਪੁੱਛਣਾ ਚਾਹੁੰਦਾ ਬਾਈ, ਤੁਸੀਂ ਵੀ ਦੱਸੋਗੇ। ਜ਼ਿਆਦਾ ਜੀ ਆਪਣਾ ਨੌਕਰੀਆਂ ਦਾ ਹੀ ਹੈ ਜੀ। ਜ਼ਿਆਦਾ ਨੌਕਰੀਆਂ 'ਚ ਇੰਟਰਸਟ ਹੈ? ਹਾਂਜੀ ਹਾਂਜੀ ਜ਼ਿਆਦਾ ਨੌਕਰੀਆਂ 'ਚ ਆ। ਅਤੇ ਜਾਂ ਜੀ ਅਸੀਂ ਜ਼ਿਆਦਾ ਚੰਬੀ ਘੋੜੀ ਵੀ ਲੈਂਦੇ ਹਾਂ। ਠੀਕ ਹੈ। ਚੰਬੀ ਘੋੜੀ ਚੰਗੇ ਕੱਦਵਾਰ ਵਾਲੀ ਹੋਵੇ ਉਹ ਵੀ ਲੈ ਲਈਦੀ ਹੈ ਜੀ। ਠੀਕ ਹੈ। ਬਾਕੀ ਇੱਕ ਚੰਬੀ ਘੋੜੀ ਆਪਣੇ ਕੋਲ ਉੱਧਰ ਖੜੀ ਵੀ ਹੈ, ਲਾਲ ਚੰਬੀ ਘੋੜੀ। ਠੀਕ ਹੈ। ਅੱਜ ਉਹ ਵੀ ਖਾਂਦੇ ਹਾਂ ਅਤੇ ਨਾਲ ਹੀ ਹੁੰਦੇ ਬਾਈ ਆਪਾਂ ਗੱਲਬਾਤ ਕਰੀ ਜਾਂਦੇ ਹਾਂ ਵੀ ਜਿਹੜਾ ਮੇਨ ਕੰਮ ਆ ਬਾਈ ਆਪਣਾ ਸੇਲ ਪਰਚੇਜ਼ ਦਾ ਹੀ ਕਰਦੇ ਹਾਂ। ਹਾਂਜੀ ਹਾਂਜੀ ਸੇਲ ਪਰਚੇਜ਼ ਦਾ। ਠੀਕ ਹੈ। ਅਤੇ ਆਪਣੇ ਬਾਈ ਪਿੰਡ ਦੀ ਲੋਕੇਸ਼ਨ ਕਿੱਥੇ ਜਾ ਜਾਂਦੀ ਹੈ ਮਾੜਾ ਜਿਹਾ ਇਹ ਵੀ ਦੱਸ ਦਿਓ ਨਾ, ਕਈ ਵਾਰ ਕਿਸੇ ਵੀਰ ਨੇ ਘਰੇ ਵੀ ਜਾਣਾ ਹੋਵੇ। ਪਿੰਡ ਜੀ ਆਪਣਾ ਲੰਡੇ ਆ ਜੀ। ਠੀਕ ਹੈ। ਇਹ ਆ ਗਈ ਆਪਣੀ ਚੰਬੀ ਘੋੜੀ ਬਾਈ। ਹਾਂਜੀ ਪਹਿਲਾਂ ਪਿੰਡ ਦੀ ਲੋਕੇਸ਼ਨ ਦੱਸ ਦਿੰਦੇ ਜੀ ਅਸੀਂ। ਪਿੰਡ ਆਪਣਾ ਲੰਡੇ ਆ ਜੀ। ਠੀਕ ਹੈ ਬਾਈ। ਮੋਗਾ ਜ਼ਿਲ੍ਹਾ ਜੀ, ਸਮਾਲਸਰ ਤੋਂ ਆਪਣਾ 3 ਕਿਲੋਮੀਟਰ ਇੱਧਰ ਸ਼ਿਪ ਦੇ ਪਾਸੇ ਨੂੰ ਰਹਿ ਜਾਂਦਾ ਜੀ। ਠੀਕ ਹੈ ਬਾਈ। ਹਾਂਜੀ ਹਾਂਜੀ। ਵੀ ਜੇ ਕਿਸੇ ਬੰਦੇ ਨੇ ਘਰੇ ਜਾਨਵਰ ਲੈਣ ਜਾਣਾ ਹੋਵੇ, ਹਾਂਜੀ, ਤਾਂ ਵੀ ਤੁਹਾਡੇ ਕੋਲੇ ਉੱਥੇ ਆ ਸਕਦਾ ਜੀ? ਇਹ ਬੰਦੇ ਨੇ ਆਪਣੇ ਘਰੋਂ ਲੈਣੇ ਹੋਣ ਤਾਂ ਤੁਸੀਂ ਉਹ ਲੰਡੇ ਪਿੰਡ ਜਾ ਸਕਦੇ ਹੈਗੇ। ਲੰਡੇ ਪਿੰਡ ਜਾ। ਠੀਕ ਹੈ। ਲਓ ਜੀ ਮਿੱਤਰੋ, ਬਾਈ ਨੇ ਲੋਕੇਸ਼ਨ ਦੱਸਤੀ ਅਤੇ ਇਹ ਚੰਬੀ ਘੋੜੀ ਬਾਈ ਮੈਨੂੰ ਗੱਭਣ ਲੱਗਦੀ ਹੈ, ਹੈ ਨਾ? ਹਾਂਜੀ ਇਹ 6 ਮਹੀਨੇ ਦੀ ਗੱਭਣਾ ਘੋੜੀ ਜੀ। ਠੀਕ ਹੈ। ਹਾਂਜੀ। ਅਤੇ ਕੀ ਤੋਂ ਗੱਭਣਾ ਬਾਈ ਇਹ? ਇਹ ਮਿੰਟੂ ਵਾਲਾ ਘੋੜਾ ਜੀ, ਰਾਜਸਥਾਨ 'ਚ। ਠੀਕ ਹੈ ਬਾਈ। ਉਹ ਮਿੰਟੂ ਵਾਲੇ ਘੋੜੇ ਦਾ ਬੱਚਾ ਜੀ। ਠੀਕ ਹੈ। ਹਾਂਜੀ ਹਾਂਜੀ ਠੀਕ ਹੈ। ਅਤੇ ਇੱਕ ਬਾਈ ਮੈਨੂੰ ਮੈਂ ਜੇ ਗੱਲ ਹੋਰ ਪੁੱਛਦਾ, ਜਿਵੇਂ ਆਪਾਂ ਉਹ ਸੋਹਣੇ ਸੋਹਣੇ ਜਿਹੇ ਬਛੇਰੇ ਰੱਖਿਆ, ਹੈ ਨਾ? ਹਾਂਜੀ। ਜਿਵੇਂ ਸਾਡਾ ਆਹ ਜਵਾਕ ਹੈਗਾ, ਹਾਂਜੀ, ਅਤੇ ਵੀ ਉਹ ਵੀ ਆਏ ਵੀ ਜਦੋਂ ਇਹ ਛੋਟੇ ਛੋਟੇ ਜਵਾਕ ਆਪਦੇ ਡੈਡੀਆਂ ਦੇ ਨਾਲ ਮੇਲੇ ਦੇ ਵਿੱਚ ਆਉਂਦੇ ਆ, ਹਾਂਜੀ, ਵੀ ਇਹ ਫਿੱਟ ਕਰ ਲੈਣ, ਹੈ ਨਾ? ਹਾਂਜੀ। ਅਤੇ ਵੀ ਫਿਰ ਆਪਾਂ ਇਹਨਾਂ ਨੂੰ ਝੂਟੀਆਂ ਲੈਣ ਵਾਸਤੇ ਰੱਖੇ ਵੀ ਆ ਉਹ।
हाँ जी झूटियां लैन वास्ते भी रखे जी, बाकी जी ये साडा दोस्त आ जी जलंधर, ठीक है, उन्हां दा बेटा जी, उन्हां दीआं भी घरे घोड़ियां रखियां होईआं जी, ठीक है, बच्चे नूं भी बहुत ज्यादा शौक है। नहीं नहीं बिल्कुल भाई बिल्कुल, क्यों भाई हुण हो गया लॉकडाउन है ना, लॉकडाउन दे विच फिर घरे गेट ते दिंदा होऊंगा है घोड़ियां झूटे लैंदा हुंदा है लैंदा हुंदा, ठीक है। नहीं नहीं वधिया भाई बहुत वधिया, की नाम है पुत्र? अरमान सिंह बराड, ठीक है, थैंक यू। तो आ जाओ भाई इधरले पासे नूं होर, तो होर भाई कोई गांधी भाई थोड़े वालों कोई दसण वाली गल होवे है ना, जिवें बछेरियां बारे जां कोई होर भी, जां एक थोड़ा कंटैक्ट नंबर भी जरूर बोल दो भाई किसी बंदे ने थोड़े नाल संपर्क करना होवे। हाँ जी बाकी बछेरियां बारे तो जानकारी भाई गोरे ने दे ही दित्ती है जी सारी, ठीक है जी। तो नंबर साडा हैगा जी 94647, ठीक है, 10205, 8722, 50205 जी, ठीक है। बाकी भाई गोरे का एक नंबर नोट करो जी। हाँ जी गोरे भाई थोड़े वाला नंबर भी दस दो, 98158 जी, 11170, ठीक है। सो दोस्तों यह बाई हो रहे नंबर ने गे, जो भी तुसी जिवें आपां तुहानूं वीडियो दे विच जानवर दिखाया गए ये सारे जानवर सेल वाले ने गे। तो इधर चंबी घोड़ी बारे आपां पुछना भुल गए जी भाई, ये भी सेल लई है जां किवें? हाँ जी हाँ जी सेल लई है, ये भी सेल लई आ। तो यदि की कीमत मंग रहे हो बई? ਇਹਦੀ 2 ਲੱਖ ਰੁਪਈਆ ਕੀਮਤ ਹੈ ਜੀ। 2 ਲੱਖ ਰੁਪਏ ਕੀਮਤ ਆ। ਅਤੇ ਗੱਬਣ ਕਿਤੋਂ ਬਈ ਇਹ? ਨੁਕਰੇਕੋਟ ਤੋਂ ਗੱਬਣ ਆ ਜੀ। ਅੱਛਾ ਨੁਕਰੇਕੋਟ ਦਾ ਬੱਚਾ ਜੀ, ਰਾਜਸਥਾਨ ਚੋਂ ਤੋਂ ਗੱਬਣ ਆ, ਠੀਕ ਹੈ, ਮਿੰਟੂ ਵਾਲੇ ਦਾ ਬੱਚਾ। ਹਾਂਜੀ ਚੱਲਦੀ ਬਹੁਤ ਚੰਗੀ ਚੱਲਦੀ ਹੈ ਘੋੜੀ, ਠੀਕ ਹੈ ਬਾਈ, 32 ਏਰੀਆ ਚੱਲਦੀ ਹੈ, ਠੀਕ ਹੈ ਬਾਈ, ਜੇ ਕੋਈ ਬਹਿਣ ਦਾ ਸ਼ਕੀਨ ਹੋਵੇ। हाँ भी जे घर कई बार कहने भी घूमन फिरन वास्ते आपके शौक न रखनी हो ना, हाँ बिल्कुल भाई। सो ठीक है दोस्तों जानवर सोनू आप बाई होर दिखाते, तो बाई होर कंटैक्ट कर सकते हो, मेहरबानी, थैंक यू, धन्यवाद भाई।